आ मेरी वीडियो में शेयर जरूर कर दियो क्योंकि मेरी एक बेनती है पेरेंट्स नूं ते बच्चियां नूं भी तुसी ग्रेजुएशन करके बाहर जाओ जे जाना है। प्लस टू तो बाद बाहर जाने का मतलब है तुसी इन्ना स्ट्रेस लेवल अपना बढ़ा रहे हो थोनू खुद नहीं समझ आ रही। तुसी सारा दिन एग्जाइटी घबराहट ओवर थिंकिंग दे कर करके ना अपने मन ते अपने शरीर नूं तुसी वीक करी जा रहे हो। ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿੰਨੇ ਰੋਜ਼ ਫੋਨ ਕਾਲਸ ਆਉਂਦੇ ਨੇ ਉਹ ਸਟੂਡੈਂਟਸ ਜਿਹੜੇ ਬਾਹਰ ਗਏ ਨੇ ਕਾਉਂਸਲਿੰਗ ਦੇ ਲਈ ਵੀ ਅਸੀਂ ਬਹੁਤ ਟੈਨਸ਼ਨ ਚ ਸਟ੍ਰੈਸ ਚ ਅਸੀਂ ਆਪਣੇ ਪੇਰੈਂਟਸ ਨੂੰ ਵੀ ਨਹੀਂ ਆਪਣੀ ਸਥਿਤੀ ਬਾਰੇ ਦੱਸ ਸਕਦੇ। ਸੋ ਮੇਰੀ ਬੇਨਤੀ ਹੈ ਬੱਚਿਆਂ ਨੂੰ ਫੋਰਸਫੁਲੀ ਨਾ ਭੇਜੋ ਪਲੱਸ ਟੂ ਤੋਂ ਬਾਅਦ ਬਾਹਰ, ਐਟਲੀਸਟ ਗ੍ਰੈਜੂਏਸ਼ਨ ਕਰਨ ਦੋ ਇੱਥੇ, ਉਹ ਤੋਂ ਬਾਅਦ ਭੇਜੋ ਉਹਨਾਂ ਨੂੰ। ਨਾਲੇ ਬੱਚੋ ਤੁਹਾਨੂੰ ਵੀ ਮੈਂ ਕਹਿ ਰਿਹਾ ਗ੍ਰੈਜੂਏਸ਼ਨ ਕਰਕੇ ਜਾਓ, ਇਹ ਨਾ ਹੋਵੇ ਪਲੱਸ ਟੂ ਖਤਮ ਤੇ ਸਿੱਧੇ ਬਾਹਰ ਜਾਈਏ। ਬਹੁਤ ਈਜ਼ੀ ਨਹੀਂ ਹੈਗੀ ਲਾਈਫ, ਜਿਵੇਂ ਤੁਸੀਂ ਇੱਥੇ ਸਮਝ ਕੇ ਬੈਠੇ ਹੋ। ਹਰ ਬੱਚਾ ਇਹੀ ਗੱਲ ਕਹਿੰਦਾ ਵੀ ਪੰਜਾਬ ਤੋਂ ਤਾਂ ਐਂ ਲੱਗਦਾ ਸੀ ਕੈਨੇਡਾ ਜਾ ਕੇ ਅਸੀਂ ਪਤਾ ਨਹੀਂ ਕੀ ਕਰ ਦਾਂਗੇ, ਪਰ ਕੈਨੇਡਾ ਦੀ ਲਾਈਫ ਬਿਲਕੁਲ ਅਲੱਗ ਹੈ ਪੰਜਾਬ ਤੋਂ। ਅਸੀਂ ਇਹ ਚੀਜ਼ ਸੋਚ ਵੀ ਨਹੀਂ ਸਕਦੇ ਸੀ ਵੀ ਕੈਨੇਡਾ ਜਾ ਕੇ ਇੰਨੀ ਸਟ੍ਰੈਸਫੁਲ ਲਾਈਫ ਹੋ ਜੂਗੀ। ਸੋ ਮੇਰੀ ਬੇਨਤੀ ਹੈ ਜਾਣਾ ਜਾਓ, ਪਰ ਐਟਲੀਸਟ ਗ੍ਰੈਜੂਏਸ਼ਨ ਕਰਕੇ ਜਾਓ ਪੰਜਾਬ ਤੋਂ। ਸਤਿ ਸ਼੍ਰੀ ਅਕਾਲ।